दोस्तों प्रजापत कॉलोनी विच मौजूद हैं। इत्थे एक घर दे विच अचानक कोई अग लग गई सी, कारण दा पता नहीं लग्या, हजे पुछदे हां आपां जाके अंदर कि की कारण सी। काफी नुकसान हो गया। किस तरह अग लगी है? एसी नूं अग लगी सी, अंदर चली जदों सी सारा शॉर्ट हो गया सी। किन्ना का नुकसान हो गया? नुकसान बहुत ज्यादा, सारा मंदिर मच गया, अंदरों सारा समान मच गया। कारण जे घर दे विच हैगे सीगे परिवार दी गल करिए असी उपर सीगे जी, जिहड़े बाबा जी ओह थल्ले रहिंदे असी उपर रहिंदे। अच्छा, ते मौके ते किन्ने की टाइम ते गड्डी पहुंच गई? गड्डी पहुंच गई सी 15-20 मिंट बाद पहुंच गई। तां नुकसान दी गल करिए, की मचेगा जी? सारा कुछ ही मच गया जी, अंदर जिहड़ा समान सी घर दा बहुत समान सीगा, मंदिर च टोट दौड़ा ही लग पिला रखे जी इन्होंने। तां जानी नुकसान तां नहीं होया? नहीं जी, फिर ओह बच गए। तो दोस्तों अजकल गर्मी शुरू हो गया, जिवें एसी एयर कंडीशन हुंदा, जिवें वो शॉर्ट सर्कट हो गया जां फिर की कारण होया, काफ़ी वड्डा नुकसान हो गया। ते माता जी बाबा जी रहिंदे सी, उहनां दे मंदिर सीगा, मंदिर नूं अंदर अग लग गई, मंदिर दा समान जिहड़ा काफ़ी मच गया। तो शॉर्ट सर्कट दस रहे एसी दा, एयर कंडीशन परिवार सी जिहड़ा उपर सी, ते बाबा जी इत्थे रहिंदे आ। फायर ब्रिगेड है जी, 20 मिनटों के पहुँच गई, पर जोड़ा अग सी वह अग काफ़ी बढ़ गई सी, जिदे नुकसान बहुत ज़्यादा हो गया। ऐसे ही लगी से अभी ਅਹੀ ਅਸੀਂ ਜਾਂ ਅੰਦਰ ਨਹੀਂ ਨਹੀਂ ਇਹ ਸੀ ਵੀ ਇਹ ਤਾਂ ਕਮਰੇ ਵਾਲਾ ਬਾਬਾ ਜੀ ਦਾ ਅੰਦਰ ਮੰਦਿਰ 'ਚ ਇਹ ਸੀ ਉੱਤੋਂ ਲੱਗੇ ਸੀ ਕਿ ਥੱਲੇ ਲੱਗਿਆ ਗਾ ਤਾਂ ਹੁਣੇ ਗੱਲ ਕਰੀ ਜਾਂਦੀ ਨਾ ਬਾਬਾ ਜੀ ਦੀ ਅੰਦਰ ਤੁਸੀਂ ਦੇਖ ਰਹੇ ਹੋ ਮੰਦਿਰ ਕਿਸ ਤਰ੍ਹਾਂ ਜਲ ਚੁੱਕਿਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਦੱਸਿਆ ਜਾ ਰਿਹਾ ਕਿ 2-2.5 ਲੱਖ ਦਾ ਜਿਹੜਾ ਹੈਗਾ ਨੁਕਸਾਨ ਪੜੋਸੀਆਂ ਨੇ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਦੇ ਨਾਲ ਨਾਲ ਹੀ ਫਾਇਰ ਬ੍ਰਿਗੇਡ ਦੀ ਜਿਹੜੀ ਗੱਡੀ ਆ ਉਹ 20 ਮਿੰਟ ਦੇ ਵਿੱਚ ਲਗਭਗ ਇੱਥੇ ਪਹੁੰਚ ਗਈ ਸੀ। ਦੋ ਗੱਡੀਆਂ ਜਿਹੜੀ ਸੀ ਅੱਗ ਬੁਝਾਉਣ ਆਈ ਫਾਇਰ ਬ੍ਰਿਗੇਡ ਦੀ। ਉਸ ਕਮਰੇ ਦਾ ਨਹੀਂ ਬੱਚਿਆ ਅਲੀ ਗਾਂ ਵਿੱਚ ਤੁਸੀਂ ਦੇਖਿਆ ਇਸ ਅਲਮਾਰੀ 'ਚ ਹੀ ਲੱਗ ਰਹੀ ਸੀ ਇੱਕ ਫਾਇਰ ਮਾਰੀ ਜਾਂਦਾ ਕੰਮ ਸੀ ਤਾਂ ਮਾਰੀ ਜਾਂਦਾ ਆ ਕੀ ਸੀਗਾ ਵੀ ਮੰਦਰ ਬਣਿਆ ਇਹ ਮੰਦਰ ਸੀਗਾ ਜਦੋਂ ਬਾਅਦ ਚ ਕੁੜੀ ਬਾਹਰ ਨਿਕਲੀ ਉਹਨੂੰ ਦੇਖਿਆ ਕਿ ਕਦੀ ਧੂਆਂ ਨਿਕਲੀ ਜਾਂਦਾ ਥੱਲੋਂ ਤੋਂ ਜੰਗਲੇ ਦਾ ਅੱਛਾ ਪਰਵਾਹ ਉੱਪਰ ਵੀ ਕਮਰਾ ਹੋਣਾ ਉੱਤੇ ਰਹਿੰਦੇ ਹੋਵੇ ਬਸ ਬਲਾਸਟ ਹੋਇਆ ਸੀ ਅੱਜ ਨਹੀਂ ਬਲਾਸਟ ਨਹੀਂ ਅੱਛਾ ਅੱਗ ਵੈਸੀ ਲੱਗੀ ਸ਼ਾਰਟ ਸਰਕਟ ਹੋ ਗਿਆ ਉਹਨਾਂ ਸ਼ਾਰਟ ਸਰਕਟ ਹੋਇਆ ਟਾਈਮ ਤੇ ਪਹੁੰਚ ਗਏ ਤਾਂ ਬਚਤ ਰਹੇਗੀ ਨਹੀਂ ਤਾਂ ਪਾ ਕੇ ਸਾਰਿਆਂ ਨੂੰ ਕੋ ਸਿਲੰਡਰ ਵੀ ਅੰਦਰ ਪਿਆ ਸੀਗਾ ਇਹ ਜਾਂ ਕਈ ਵਾਰ ਹੁੰਦਾ ਨਾ ਵੀ ਅੱਗ ਬਿਜਲੀ ਵਾਲੀ ਅੱਗ ਲੱਗਦੀ ਉਹ ਪਾਣੀ ਨਹੀਂ ਪਾਉਣਾ ਚਾਹੀਦਾ ਅਚਾਨਕ ਮੇਨ ਸਵਿੱਚ ਬੰਦ ਕਰਕੇ ਫਿਰ ਉਹ ਤਾਂ ਸਾਰਾ ਕੁਝ ਕੱਟਦਾ ਸੀਗਾ ਬਿਜਲੀ ਤਾਂ ਸਾਰੀ ਪਹਿਲਾਂ ਹੀ ਕੱਟਦੀ ਸੀ ਕੱਟ ਕੇ ਤਾਂ ਦੋਸਤੋ ਫੇਰ ਪਾਣੀ ਪਾਇਆ ਬਿਜਲੀ ਵਾਲੀ ਅੱਗ ਸੀ ਤੇ ਬਿਜਲੀ ਵਾਲੀ ਅੱਗ ਦੇ ਉੱਤੇ ਕਦੇ ਵੀ ਨਾ ਪਾਣੀ ਜਿਹੜਾ ਹੈਗਾ ਪਾਣੀ ਸਿਰ ਡਾਇਰੈਕਟਲੀ ਪਾਣੀ ਨਹੀਂ ਪਾਉਣਾ ਚਾਹੀਦਾ ਕਿਉਂਕਿ ਸ਼ਾਰਟ ਸਰਕਟ ਦਾ ਕੰਮ ਬਿਜਲੀ ਦਾ ਕੰਮ ਹੈ ਤੇ ਪਾਣੀ ਦੇ ਥਰੂ ਕਰੰਟ ਆ ਸਕਦਾ ਹੈ ਫਾਇਰ ਕੋਈ ਗੱਲ ਨਹੀਂ ਕਰਨ ਦੇ ਕੰਮ ਯਾਰ ਚਲੋ ਤੰਗ ਅੰਦਰ ਹੀ ਚੱਲੇ ਕੋਈ ਗੱਲ ਨਹੀਂ ਅੰਦਰ ਹੈਗੇ ਹਾਂ ਬੈਠਾ ਕੋਈ ਨਾ ਜਗ੍ਹਾ ਹੀ ਹੈ ਨਹੀਂ ਬੈਠਣ ਦੀ ਸਮਾਨ ਹੀ ਬੜਾ ਪਿਆ ਲਾਈਫ ਚੱਲ ਸਾਡੇ 9 ਵਜੇ ਬਿਜਲੀ ਦੀ ਐਕਸ਼ਨ ਸੇ
ਖੜਕਾ ਹੋਇਆ ਬਿਜਲੀ ਦਾ ਸਾਡੇ 9 ਵਜੇ ਅਜਾ ਆਵਾਜ਼ ਆਈ ਸੀ ਵਾ ਇੱਥੋਂ ਨਹੀਂ ਜੀ ਸਾਡੇ ਘਰਾਂ ਚ ਆਈ ਹੈ ਘਰਾਂ ਚ ਉਹਦੀ ਆਵਾਜ਼ ਜੀ ਆਈ ਤੇ ਸਾਡੇ 9 ਵਜੇ ਹੋਇਆ ਇਹ ਖੜਕਾ ਅੱਛਾ ਇਹ ਕਿਤੋਂ ਬਲਾ ਗੁੱਟ ਟ੍ਰਾਂਸਫਾਰਮ ਫਟਿਆ ਹੋਣਾ ਨਾ ਟ੍ਰਾਂਸਫਾਰਮ ਤੋਂ ਘੱਟ ਵੱਧ ਹੋਈ ਜਾਂਦੀ ਘੱਟ ਵੱਧ ਹੋਈ ਜਾਂਦੀ ਲਾਈਟ ਘੱਟ ਵੱਧ ਹੋਈ ਹੈ ਸਾਡੇ ਕਿਨਾਰੇ ਆ ਉਧਰ ਤਾਂ ਪੂਰਾ ਭਾਂਬੜ ਮਚਿਆ ਪਿਆ ਸੀਗਾ ਹੋਰ ਵੀ ਕਿਸੇ ਘਰ ਦੇ ਵਿੱਚ ਕੋਈ ਸਮਾਨ ਦਾ ਮਚਿਆ ਨਹੀਂ 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 ਇਸੇ ਜਿਹੜਾ ਹੁੰਦਾ ਜੀ ਕਈ ਵਾਰ ਬਿਜਲੀ ਘੱਟ ਵੱਧ ਹੋਈ ਤਾਂ ਸਮਾਨ ਟੀਵੀ ਜਾਂ ਫਿਊਜ਼ ਉੱਡ ਜਾਂਦਾ ਇੱਥੇ ਹੀ ਹੋਇਆ ਬੱਚੇ ਬਣਾਏ ਗੁਲਾਰੇ ਬਾਈ ਬਾਬਾ ਜੀ ਅੱਜ ਤਾਂ ਹੁਣੇ ਤੁਹਾਡੀ ਗੱਲ ਕਰੀ ਜਾਂਦੇ ਸੀ ਉੱਥੇ ਉਹਨਾਂ ਕੋਲ ਗਏ ਸੀ ਅਸੀਂ ਨੀਲਮ ਜੀ ਕੋਲ ਜਿਹੜੇ ਸੇਵਾ ਕਰਦੇ ਨਾ ਕੰਪਨੀ ਅੱਛਾ ਅੱਛਾ ਅਸੀਂ ਤੁਹਾਡੀ ਗੱਲ ਹੁਣੇ ਕਰੀ ਜਾਂਦੇ ਸੀ ਅਸੀਂ अंदर शेख कुमार है आए सी लाइट नाल दसया जा रहा कि घट वध लाइट हुई सी वो जो शॉर्ट शॉर्ट सर्किट होया सी अंदर हीटिंग हो रही है काफी अरे भी हीट आ रहा अंदर पखा देख सकते हो पखा भी बिल्कुल सड़ गया सेक अंदर जी अंदर सेक है दरवाजे वगैरह ਜੋੜੀਆਂ ਕੀ ਹਾਲ ਹੋਏ ਸੀ ਬੱਚੇ ਬੱਚੜਾ ਲਿਆ ਆ ਇੱਥੋਂ ਤੋਂ ਲੱਗਿਆ ਇੱਥੋਂ ਲੱਗਿਆ ਪਿੱਛੇ ਸਾਰਾ ਬੱਚਾ ਹੈ ਆ ਪਿੱਛੇ ਧੂਆਂ ਸਾਰਾ ਉੱਪਰ ਤੱਕ ਆ ਉੱਪਰ ਬਲਾਸਟ ਪੜਾਕਾ ਪਿਆ ਹੋਣਾ ਇਹਦੇ ਵਿੱਚ ਏਸੀ ਵਿੱਚ ਦੇਖੋ ਹੁਣ ਇਹਨਾਂ ਗਰਮ ਉਸ ਟਾਈਮ ਤਾਂ ਅੰਦਰ ਬੜਾ ਨਹੀਂ ਆਉਂਦਾ ਲਾਈਟ ਦੱਸਦੇ ਘੱਟ ਵੱਧ ਹੋਈ ਆ ਲਾਈਟ ਸਾਢੇ 9 ਵਜੇ ਤਾਂ ਹੋਈ ਆ ਘੱਟ ਵੱਧ ਉਸੇ ਟਾਈਮ ਹੋਇਆ ਸਾਨੂੰ ਆਏ ਹੋ ਗਿਆ ਵੀ ਲਾਈਟ ਗਈ ਹੱਥਾਂ ਨਹੀਂ ਹੋਇਆ ਲਾਈਟ ਗਈ ਦਾ ਏਸੀ ਦਾ ਸਾਰਾ ਉਹ ਤਾਂ ਬਾਹਰ ਲਾ ਇਸ ਕਮਰੇ ਦੇ ਵਿੱਚ ਜਿਹੜਾ ਅੱਗ ਲੱਗੀ ਸੀ ਅੰਦਰ ਏਸੀ ਸੜਿਆ ਪਿਆ ਲਾਈਟ ਕੱਟ ਰੱਖੀ ਏਸੀ ਲਗਾ ਕੇ ਏਸੀ ਇਹ ਸੜਿਆ ਪਿਆ ਇੱਥੋਂ ਲੱਗਿਆ ਸਾਰੇ ਪਿਘਲੇ ਸਾਰੀ ਸ਼ੀਟਾਂ ਲੱਗੀਆਂ ਇਹ ਲਾਈਟ ਘੱਟ ਵੱਧ ਹੁਣ ਕਰਦਾ ਹੈ ਸਟੈਬਲਾਈਜ਼ਰ ਲੱਗਿਆ ਸੀ ਇਹ ਤਾਂ ਕੰਟਰੋਲ ਕਰ ਹੁੰਦਾ ਵੈਸੇ ਕੰਟਰੋਲ ਕਰ ਹੁੰਦਾ ਵੈਸੇ ਜੇ ਘੱਟ ਵੱਧ ਹੋਵੇ ਨਾ ਸ਼ਾਰਟ ਹੋਇਆ ਉਹਦੇ ਨਾਲ ਪਰ ਸ਼ਾਰਟ ਹੋਇਆ ਇਧਰ ਪਲਾਸਟਿਕ ਵਾਲੀ ਸ਼ੀਟਾਂ ਸੀਗੀਆਂ ਉਹ ਪਿਘਲੀ ਆ ਸ਼ੀਸ਼ਾ ਟੁੱਟ ਗਿਆ ਆ ਸ਼ੀਸ਼ਾ ਇਧਰ ਲੱਗ ਸਾਰੇ ਟੁੱਟ ਗਏ ਸ਼ੀਸ਼ੇ ਦਾ ਆ ਸਾਰੇ ਸ਼ੀਸ਼ੇ ਦੇ ਉਹ ਲਾਸਟ ਪੈਸੇ ਮੰਦਰ ਦਾ ਚੰਦਾ ਬਹੁਤ ਇਕੱਠਾ ਹੋਇਆ ਬਾਬਾ ਜੀ ਆਪਣੇ ਕੀ ਕੁਛ ਬੱਚਿਆ ਕੀ ਵਿਚਾਰੇ ਵਿੱਚ ਹਾਂਜੀ ਇੱਕ ਜਿਹੜੇ ਅਲਮਾਰੀ ਸੀਗੀ ਉਹਦੇ 'ਚ ਪੈਸੇ ਸੀਗੇ ਵਾਹਵਾ 2.5 ਲੱਖ ਰੁਪਏ ਦੇ ਕਰੀਬ ਸੀਗਾ ਨਾਲੇ ਸੋਨਾ ਚਾਂਦੀ ਸਾਡਾ ਸਾਰਾ ਕੁਛ ਸੀ ਮੋਬਾਈਲ ਸੀਗਾ ਰਜਿਸਟਰੀਆਂ ਸੀਗੀਆਂ ਸਾਰੀਆਂ ਅਤੇ ਟੂ ਜੈਟ ਸਮਾਨ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਅਲਮਾਰੀ 'ਚ ਹੁੰਦਾ ਗਾ ਅਤੇ ਸਾਰਾ ਟੂ ਜੈਟ ਸਮਾਨ ਅਲਮਾਰੀ ਦੇ ਵਿੱਚ ਸੀਗਾ ਸਾਰਾ ਕਿੰਨਾ ਕੁ ਨੁਕਸਾਨ ਹੋ ਗਿਆ ਸਾਰਾ ਮਿਲਾ ਕੇ ਘੱਟੋ ਘੱਟ ਸਾਡਾ 8 ਲੱਖ 10 ਲੱਖ ਦਾ ਨੁਕਸਾਨ ਹੋਇਆ ਨੁਕਸਾਨ ਕਾਫੀ ਹੋ ਚੁੱਕਿਆ ਜੀ ਕੋਸ਼ਿਸ਼ ਕਰਦੇ ਹਾਂ ਮੇਰੇ ਨਾਲ ਵੀ ਆਪਣੇ ਗੁਆਂਢੀ ਵਿਚਾਰੇ ਇਹਨਾਂ ਨੂੰ ਵੀ ਦੁੱਖ ਆ ਕੋਸ਼ਿਸ਼ ਕਰਦੇ ਹਾਂ ਸਾਰਾ ਸੋਨਾ ਚਾਂਦੀ ਰੁਪਈਆ
ਨਾਲੇ ਸਾਡੀ ਡਾਇਮੰਡ ਦੀ ਗੂਠੀ ਵੀ ਪਈ ਸੀ ਸਾਰੀ ਮਿੱਟੀ ਹੋ ਗਈ ਅੰਦਰੋਂ ਤੇ ਨਾਲੇ ਰਜਿਸਟਰੀ ਫੋਨ ਸੀਗਾ ਨਵਾਂ 2 ਲੱਖ ਵਾਲਾ ਜਿਹੜੇ ਚੱਲੇ ਹੈਗੇ ਉਹ ਫੋਨ ਸੀਗਾ ਨਵਾਂ ਲੈ ਕੇ ਰੱਖਿਆ ਸੀ ਅਗਲੇ ਮਹੀਨੇ ਚਲਾਉਣਾ ਸੀਗਾ ਉਹ ਵੀ ਸਾਡਾ ਮੱਚ ਗਿਆ ਫੋਨ ਸਾਰਾ ਫਿਰ ਟੂ ਜੈਟ ਸਾਡਾ ਬਹੁਤ ਨੁਕਸਾਨ ਹੋ ਗਿਆ जगराता कराना जी बाबा जी सारा समान साडा बिजली कनेक्टेड सी हर चीज सड़ चुकी है ਅਤੇ ਕਾਫ਼ੀ ਇਹਨਾਂ ਦਾ ਮਾਲੀ ਨੁਕਸਾਨ ਕਾਫ਼ੀ ਹੋਇਆ ਗਾ ਮੰਦਰ ਸੀਗਾ ਮੰਦਰ ਦੇ ਵਿੱਚ ਬਹੁਤ ਕੁਛ ਪਿਆ ਸੀ ਅਤੇ ਗਹਿਣੇ ਸੀਗੇ ਜੇਬਰ ਸੀ ਰਜਿਸਟਰੀ ਸੀਗੀ 4 ਡਾਕੂਮੈਂਟ ਸੀ ਲੈਣ ਦੇਣ ਦੇ ਜਿਹੜੇ ਕਾਗਜ਼ ਸੀ ਅਤੇ ਪੈਸੇ ਸੀਗੇ ਕਾਫ਼ੀ ਉਹ ਵੀ ਇਹਨਾਂ ਜਿਹੜਾ ਸੜ ਕੇ ਅਤੇ ਸਵਾਹ ਹੋ ਗਿਆ ਯਾਨੀ ਕਿ ਟੋਟਲ ਦੱਸ ਦਿਆ ਕਿ 7-8 ਲੱਖ ਦਾ ਨੁਕਸਾਨ ਸਾਡਾ ਹੋ ਚੁੱਕਿਆ ਸਮਾਨ ਆ ਮੰਦਿਰ ਦਾ ਡਰੈਸਿੰਗ ਟੇਬਲ ਆ ਜਿਹੜਾ ਉਸ ਕਮਰੇ ਦੇ ਵਿੱਚ ਜਾਂ ਆਸੇ ਪਾਸੇ ਪਿਆ ਸੀਗਾ ਟੋਟਲੀ ਜਿਹੜਾ ਸੜ ਕੇ ਆਇਆ ਸਵਾਹ ਹੋ ਚੁੱਕਿਆ ਚਲੋ ਤਾਂ ਵਾਹਿਗੁਰੂ ਇਹਨਾਂ ਨੂੰ ਪਰਿਵਾਰ ਨੂੰ ਪਾਤਰੀ ਨੂੰ ਬਾਬਾ ਜੀ ਨੂੰ ਸਿਗੜਾ ਗੁਆਂਢੀ ਹੋ ਸੀ ਕੀ ਤੁਸੀਂ ਇੱਥੇ ਨਾਲ ਹੀ ਰਹੋ ਕਿਤੇ ਹਾਂ ਨਾਲ ਹੀ ਉਹ ਗੱਡੀ ਖੜੀ ਗੱਡੀ ਚਲਾਉਣ ਲੱਗ ਜਾਣਾ ਕਿਸ ਤਰ੍ਹਾਂ ਸੀ ਜਦੋਂ ਅੱਗ ਲੱਗੀ ਸੀ ਕਿਸ ਤਰ੍ਹਾਂ ਦਾ ਮਾਹੌਲ ਸੀ ਮੈਂ ਤਾਂ ਹੁਣ ਹੀ ਆਇਆ ਜਦੋਂ ਫੋਨ ਆਇਆ ਸੀ ਉੱਥੇ ਲਾਲ ਸਿੰਘ ਬਸਤੀ ਸੀਗੇ ਜਦੋਂ ਫੋਨ ਆਇਆ ਅਸੀਂ ਨਾਲ ਚੱਲੇ ਉੱਥੋਂ ਫਟਾਫਟ ਬਸ ਤੁਸੀਂ ਮਤਲਬ 10 ਮਿੰਟ 'ਚ ਪਹੁੰਚ ਗਿਆ ਮੈਂ ਆਉਂਦੀ ਮੈਂ ਗੱਡੀ ਵੱਲ ਖੜ ਗਿਆ ਉਹ 5 ਮਿੰਟ ਗੱਡੀ ਖੜੀ ਸੀਗੀ ਅਤੇ ਦੇਖਿਆ ਤਾਂ ਵੀ ਅੱਗ ਵਾਹਵਾ ਲੱਗੀ ਸੀ 5 ਮਿੰਟ ਚਲਾਈ ਜਾਂਦੀ ਸੀ 5 ਮਿੰਟ ਪਰਜਾਪਤ ਕਲੋਨੀ ਦੇ ਵਿੱਚ ਇਹ ਜਿਹੜੇ ਮੰਤਰੀ ਹੈ ਬਾਬਾ ਜੀ ਰਹਿੰਦੇ ਆ ਇੱਥੇ ਲੱਗੀ ਸੀ ਅੱਗ ਅੱਛਾ ਤੂੰ ਆਇਆ ਸੀ ਪਹਿਲਾਂ ਤੂੰ ਆਇਆ ਸੀ ਪਹਿਲਾਂ ਚਲੋ ਠੀਕ ਹੈ ਜੀ ਜੈ ਹਿੰਦ ਜੈ ਭਾਰਤ ਹੈਲਪ ਕਰ ਦਿਓ ਮਾੜੀ ਮੋਟੀ ਹੈਲਪ ਕਰ ਅਸੀਂ ਹੈਲਪ ਅਸੀਂ ਉੱਥੇ ਵੀ ਨਿਊਜ਼ ਖੁਦ ਚਲਾ ਚਲਾ ਚਲਾਤੀ 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 ਜੀ ਇਸ ਤਰ੍ਹਾਂ